ਚਲੋ ਜੀ ਫਿਰ ਨਿੱਕਾ ਸਵਾਗਤ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਅਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਦੱਸੀਏ ਕਿ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਅਤੇ ਵਾਰਡ 9 ਅਤੇ 10 ਦੇ ਵਿੱਚ ਜਿੰਨਾ ਤੁਸੀਂ ਸਹਿਯੋਗ ਦੇ ਰਹੇ ਹੋ ਸਕੂਲ ਟਰੱਸਟੀ ਦੀ ਆ ਰਹੀ ਇਲੈਕਸ਼ਨ ਦੇ ਵਿੱਚ ਸਤਪਾਲ ਸਿੰਘ ਜੌਹਲ ਮੈਨੂੰ ਉਸ ਦੇ ਲਈ ਤੁਹਾਡਾ ਅਸੀਂ ਜਿੰਨਾ ਵੀ ਸ਼ੁਕਰੀਆ ਅਦਾ ਕਰੀਏ ਥੋੜ੍ਹਾ ਭਾਵੇਂ ਤੁਸੀਂ ਕਿਤੇ ਵੀ ਰਹਿ ਰਹੇ ਹੋ ਦੂਰ ਦੁਰਾਡੇ ਵੀ ਮਾਰਖਮ ਓਕਵਿਲ ਵਿੰਡਸਰ ਤੱਕ ਹਾਂਜੀ ਬਹੁਤ ਸਾਰੇ ਸ਼ਹਿਰਾਂ ਤੋਂ ਤੁਸੀਂ ਖੁੱਲ੍ਹੀ ਸਪੋਰਟ ਸਾਨੂੰ ਮਿਲਟਨ ਤੋਂ ਗਲਫ ਤੋਂ ਵੀ ਕਰ ਰਹੇ ਹੋ ਕਿਉਂਕਿ ਬੜਾ ਇਹ ਇੱਕ ਤਰੀਕੇ ਦੇ ਨਾਲ ਸਾਡਾ ਵਿਰਾਸਤੀ ਇਲਾਕਾ ਹੈ ਵਾਰਡ 9 ਅਤੇ 10 ਦਾ ਪੰਜਾਬੀਆਂ ਦਾ ਬ੍ਰੈਂਪਟਨ ਦੇ ਵਿੱਚ ਜਿੱਥੋਂ ਕਿ ਹਾਂਜੀ ਨਿਕਲ ਨਿਕਲ ਕੇ ਦੂਰ ਦੂਰ ਤੱਕ ਸਾਡੀ ਜਿਹੜੀ ਕਮਿਊਨਿਟੀ ਆ ਉਹ ਗਈ ਹੈ ਪਰ ਉਹਨਾਂ ਦਾ ਕੋਈ ਨਾ ਕੋਈ ਸੰਬੰਧ ਰਿਸ਼ਤਾ ਜ਼ਰੂਰ ਇਹ ਵਾਰਡ 9 ਅਤੇ 10 ਦੇ ਨਾਲ ਹੈ ਜੋ ਕਿ ਸਪ੍ਰਿੰਗਡੇਲ ਅਤੇ ਕੈਸਲਮੋਰ ਦਾ ਏਰੀਆ ਉੱਥੋਂ 22 ਅਕਤੂਬਰ ਨੂੰ ਜੋ ਮਿਊਂਸਪਲ ਇਲੈਕਸ਼ਨ ਹੋਏਗੀ ਉਸ ਦੇ ਵਿੱਚ ਐਡਵਾਂਸ ਪੋਲ ਤਾਂ ਵੈਸੇ 2 ਅਕਤੂਬਰ ਨੂੰ ਸ਼ੁਰੂ ਹੋ ਜਾਣੀ ਆ ਉਸ ਦੇ ਵਿੱਚ ਸਕੂਲ ਟਰੱਸਟੀ ਦੀ ਪੋਜੀਸ਼ਨ ਵਾਸਤੇ ਮੈਂ ਕੈਂਡੀਡੇਟ ਹਾਂ ਤੁਹਾਡੀ ਸੇਵਾ ਦੇ ਵਿੱਚ ਅਤੇ ਇਲੈਕਸ਼ਨ ਵੈਸੇ ਮਿਊਂਸਪਲ ਜਿਹੜੀ ਹੁੰਦੀ ਆ ਉਹਦੇ ਵਿੱਚ ਜਿਹੜਾ ਹਰੇਕ ਵੋਟਰ ਆ ਉਹ 4 ਵੋਟਾਂ ਪਾਉਂਦਾ ਇੱਕ ਮੇਅਰ ਵਾਸਤੇ ਇੱਕੋ ਹੀ ਬੈਲਟ ਪੇਪਰ ਹੁੰਦਾ ਉਸ ਦੇ ਉੱਤੇ ਮੇਅਰ ਦੇ ਵਾਸਤੇ ਵੋਟ ਪਾਉਂਦੇ ਉਹ ਨਾਲ ਰੀਜਨਲ ਕੌਂਸਲਰ ਦੀ ਵੋਟ ਪੈਂਦੀ ਹੈ ਅਤੇ ਉਸ ਦੇ ਨਾਲ ਹੀ ਕੌਂਸਲਰ ਦੀ ਅਤੇ ਉਸ ਤੋਂ ਬਾਅਦ ਸਕੂਲ ਟਰੱਸਟੀ ਦੇ ਜੋ ਬੈਲਟ ਪੇਪਰ 'ਤੇ ਕੈਂਡੀਡੇਟ ਹੁੰਦੇ ਨੇ ਉਹਨਾਂ ਦਾ ਨਾਂ ਹੁੰਦਾ ਅਤੇ ਉਸ ਬੈਲਟ ਪੇਪਰ 'ਤੇ ਫਿਰ ਜਿਹੜਾ ਮੇਰਾ ਨਾਂ ਉਹ ਉੱਪਰੋਂ 5ਵਾਂ ਹੋਏਗਾ ਸਤਪਾਲ ਸਿੰਘ ਜੌਹਲ ਦਾ ਸਕੂਲ ਟਰੱਸਟੀ ਵਜੋਂ ਵਾਰਡ 'ਤੇ 9 ਅਤੇ 10 ਦੇ ਵਿੱਚ ਜਿੰਨੀ ਕੁ ਵੀ ਤੁਸੀਂ ਸਹਾਇਤਾ ਕਰਦੇ ਹੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕੋਗੇ ਅਸੀਂ ਤੁਹਾਡੇ ਸਦਾ ਸ਼ੁਕਰਗੁਜ਼ਾਰ ਰਹਾਂਗੇ ਬਹੁਤ ਬਹੁਤ ਮਿਹਰਬਾਨੀ ਟੋਰਾਂਟੋ ਤੋਂ ਵੀ ਕਾਫੀ ਸੰਗਤਾਂ ਸਪੋਰਟ ਕਰ ਰਹੀਆਂ ਨੇ ਈਟੋਬੀਕੋ ਏਰੀਆ ਦੇ ਵਿੱਚੋਂ ਵੀ ਬਹੁਤ ਸਪੋਰਟ ਮਿਲ ਰਹੀ ਹੈ ਮਾਲਟਨ ਦੇ ਵਿੱਚੋਂ ਵੀ ਭੈਣ ਭਰਾ ਬੜਾ ਸਹਿਯੋਗ ਦੇ ਰਹੇ ਨੇ ਉੱਥੇ ਜਾ ਕੇ ਸਾਡੇ ਨਾਲ ਡੋਰ ਟੂ ਡੋਰ ਵੀ ਜਾਂਦੇ ਨੇ ਅਤੇ ਜਿਹੜੇ ਭੈਣ ਭਰਾ ਉਹਨਾਂ ਦੇ ਨਾਲ ਉੱਥੇ ਰਹਿੰਦੇ ਨੇ ਉਹਨਾਂ ਨੂੰ ਤਾਕੀਦ ਵੀ ਕਰਦੇ ਨੇ ਅਤੇ ਤੁਸੀਂ ਜਿਹੜੇ 9-10 ਏਰੀਆ ਦੇ ਵਿੱਚ ਰਹਿੰਦੇ ਹੋ ਉਹ ਤਾਂ ਆਪਣੇ ਆਪ ਹੀ ਕਿਉਂਕਿ ਸੰਗਤ ਨੂੰ ਲੱਗ ਰਿਹਾ ਵੀ ਇਹ ਚੋਣ ਕੰਪੇਨ ਸ਼ਾਇਦ ਮੇਰੀ ਇਕੱਲੇ ਦੀ ਨਹੀਂ ਤੁਹਾਡੀ ਸਾਰਿਆਂ ਦੀ ਆਪਣੀ ਹੈ ਅਤੇ ਬਹੁਤ ਮਿਹਰਬਾਨੀ ਤੁਸੀਂ ਇਸ ਤਰੀਕੇ ਨਾਲ ਸੋਚ ਰਹੇ ਹੋ ਹਾਂਜੀ ਸੋ ਮੇਰੀ ਇਹੀ ਜੇਤੀ ਆਪਣੇ ਆਪ ਦੇ ਵਿੱਚ ਹੀ ਆ ਵੀ ਤੁਸੀਂ ਵੱਡੀ ਤਾਦਾਦ ਵਿੱਚ ਲੋਕ ਇੱਦਾਂ ਸੋਚਦੇ ਹੋ ਵੀ ਤੁਹਾਡੀ ਆਪਣੀ ਹੀ ਇਹ ਚੋਣ ਕੰਪੇਨ ਹੈ ਬਹੁਤ ਸ਼ੁਕਰੀਆ ਦੱਸ ਦਈਏ ਜੀ ਕਿ ਕੱਲ੍ਹ ਨੂੰ ਜਿਹੜਾ ਸਵਾਲ ਹੈ ਅਸੀਂ ਰੱਖਿਆ ਹੋਇਆ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨਾ ਅਤੇ ਨਿਊ ਸਿਲਵਰ ਸ਼ੋਪ ਦਾ ਇਨਾਮ ਹੈ ਸਾਡੇ ਕੋਲ ਕੱਲ੍ਹ ਵਾਲਾ ਸਵਾਲ ਅੱਜ ਇੱਕ ਵਾਰ ਫਿਰ ਅਸੀਂ ਦੱਸ ਦਿੰਦੇ ਹਾਂ ਜਿਹੜਾ ਕੱਲ੍ਹ ਨੂੰ ਪੁੱਛਣਾ ਇੱਕ ਵਾਰ ਫਿਰ ਕਿ ਭਈ ਜਦੋਂ ਉਮਰ ਵੱਧਦੀ ਆ ਕਈ ਵਾਰ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ ਨਾ ਵੀ ਜਿਹੜਾ ਕਿ ਹੁਣ ਕੁਛ ਵਿਚਾਰ ਮਨ ਦੇ ਵਿੱਚ ਆਇਆ ਵੀ ਉਹ ਫਲਾਨੀ ਜਗ੍ਹਾ ਤੋਂ ਫਲਾਨੀ ਚੀਜ਼ ਲਿਆਉਣੀ ਹੈ ਜਦੋਂ ਉੱਥੇ ਪਹੁੰਚੇ ਤਾਂ ਭੁੱਲ ਗਿਆ ਵੀ ਕੀ ਲੈਣ ਤੁਰੇ ਸੀ ਹੈ ਨਾ ਇੰਨੀ ਕਈ ਵਾਰੀ ਮੈਮਰੀ ਜਿਹੜੀ ਆ ਵੀਕ ਹੋਣ ਲੱਗਦੀ ਆ ਮੈਮਰੀ ਵੀਕ ਹੋਣ ਦੇ ਇਹ ਯਾਦ ਸ਼ਕਤੀ ਕਮਜ਼ੋਰ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਇੱਕ ਕਾਰਨ ਸਭ ਤੋਂ ਵੱਡਾ ਹੈ ਉਹ ਕਾਰਨ ਸਭ ਤੋਂ ਵੱਡਾ ਤੁਸੀਂ ਕੱਲ੍ਹ ਨੂੰ ਬੁੱਝਣਾ ਅਤੇ ਫਿਰ ਨਿਊ ਸਿਲਵਰ ਸ਼ੋਪ ਤਿਆਰ ਪਰ ਤਿਆਰ ਹੋਣਗੇ ਤੁਹਾਡੀ ਮਨਪਸੰਦ ਦਾ ਤੁਹਾਨੂੰ ਇਨਾਮ ਦੇਣ ਦੇ ਲਈ ਉਹ ਗੱਲ ਤਾਂ ਕਰਾਂਗੇ ਕੱਲ੍ਹ ਨੂੰ ਪਰ ਅਸੀਂ ਦੱਸ ਦਈਏ ਜੀ ਕਿ ਨਿਊ ਸਿਲਵਰ ਸ਼ੋਪ ਦਾ ਟੈਲੀਫੋਨ ਨੰਬਰ 905-799-6700 ਉਹਨਾਂ ਦਾ ਫੋਨ ਨੰਬਰ ਹੈ ਇਹ ਗੱਡੀ ਕਈਆਂ ਨੂੰ ਤੇਜ਼ ਚਲਾਉਣ ਦਾ ਬੜਾ ਸ਼ੌਕ ਹੁੰਦਾ ਹੈ ਭਾਵੇਂ ਓਨੀ ਤੇਜ਼ ਗੱਡੀ ਚਲਾਉਣ ਦੀ ਇਜਾਜ਼ਤ ਜਿਹੜੀ ਆ ਉਹ ਨਾ ਵੀ ਹੋਵੇ ਅਤੇ ਹੁਣ ਸਾਨੂੰ ਇਹ ਪਤਾ ਲੱਗਾ ਵੀ ਸਕੂਲ ਜ਼ੋਨ ਦੇ ਵਿੱਚ ਇਹ ਯੋਰਕ ਪੁਲਿਸ ਨੇ ਇੱਕ ਨੌਜਵਾਨ ਰੋਕਿਆ ਬੜੀ ਮਹਿੰਗੀ ਗੱਡੀ ਉਹਦੇ ਕੋਲ ਸਪੋਰਟਸ ਸੀਗੀ ਜਿਹੜੀ ਕਿ ਜਾਣੀ ਚਾਹੀਦੀ ਸਕੂਲ ਜ਼ੋਨ ਦੇ ਵਿੱਚ ਤੁਹਾਨੂੰ ਪਤਾ ਸਪੀਡ ਜਿਹੜੀ ਆ ਉਹ 40 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ 40 ਦੀ ਬਜਾਏ ਭਾਈ ਸਾਹਿਬ ਜਾ ਰਹੇ ਸੀ 158 ਕਿਲੋਮੀਟਰ ਦੀ ਸਪੀਡ 'ਤੇ ਹੁਣ ਹਾਈਵੇ 'ਤੇ ਵੀ ਸਪੀਡ ਜਿਹੜੀ ਮੈਕਸੀਮਮ 100 ਤੋਂ ਜ਼ਿਆਦਾ ਤਾਂ ਸਾਡੇ ਇੱਥੇ ਹੈ ਹੀ ਨਹੀਂ ਹੈ ਫਿਰ ਵੀ 110 120 30 40 'ਤੇ ਲੋਕ ਚਲਾਉਂਦੇ ਨੇ ਹਾਂਜੀ ਆਮ ਤੌਰ 'ਤੇ 120 ਤਾਂ ਆਮ ਹੁੰਦੀ ਹੈ ਪਰ ਲੇਕਿਨ ਕਿ ਇਹ 40 ਕਿਲੋਮੀਟਰ ਦੇ ਏਰੀਆ 'ਚ 158 'ਤੇ ਜਾ ਰਿਹਾ ਸੀਗਾ 31 ਸਾਲ ਦਾ ਇਹ ਨੌਜਵਾਨ ਵਾਨ ਦੇ ਵਿੱਚ ਵੈਸੇ ਇੱਥੇ ਰਹਿੰਦਾ ਬ੍ਰੈਂਪਟਨ ਦੇ ਲਾਗੇ ਹੀ ਅਤੇ ਫਿਰ ਇਹਨੂੰ ਰੋਕਿਆ ਗਿਆ ਪੁਲਿਸ ਦੇ ਵੱਲੋਂ ਗੱਡੀ ਵੀ ਇਹਦੀ ਮੌਕੇ 'ਤੇ ਰੱਖ ਲਈ ਗਈ ਹੈ ਲਾਇਸੈਂਸ ਵੀ ਇਹਦਾ ਜ਼ਬਤ ਕਰ ਲਿਆ ਗਿਆ ਆਪਾਂ ਨੂੰ ਪਤਾ ਹੀ ਆ ਵੀ ਸਟੰਟ ਡਰਾਈਵਿੰਗ ਦੇ ਵਿੱਚ ਇਹ ਜਿਹੜੀ ਹੈ ਓਵਰ ਸਪੀਡ ਆ ਜਾਂਦੀ ਹੈ ਸਟੰਟ ਡਰਾਈਵਿੰਗ ਕੀ ਹੈ ਕਿ ਜਦੋਂ ਪੋਸਟਡ ਸਪੀਡ ਲਿਮਿਟ ਤੋਂ ਤੁਹਾਡੀ ਗੱਡੀ ਦੀ ਸਪੀਡ 50 ਕਿਲੋਮੀਟਰ ਜ਼ਿਆਦਾ ਹੋ ਗਈ
ਕਿ ਫਰਜ਼ ਕਰੋ ਜੇ 40 ਕਿਲੋਮੀਟਰ ਅਲਾਊਡ ਹੈ ਤੁਸੀਂ 90 ਤੇ ਜਾ ਰਹੇ ਹੋ 95 ਤੇ ਜਾ ਰਹੇ ਹੋ ਸਟੰਟ ਡਰਾਈਵਿੰਗ ਦਾ ਚਾਰਜ ਲੱਗੇਗਾ ਹਾਂਜੀ ਸੋ ਉਹ ਸਟੰਟ ਡਰਾਈਵਿੰਗ ਦੇ ਚਾਰਜ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਦੇ ਨੇ ਕਿ ਤੁਹਾਡੀ ਗੱਡੀ ਵੀ ਉੱਥੇ ਰੱਖ ਲੈਂਦੇ ਨੇ ਤੁਹਾਡਾ ਲਾਇਸੈਂਸ ਵੀ ਉੱਥੇ ਰੱਖ ਲੈਂਦੇ ਨੇ ਅਤੇ ਫਿਰ ਕਹਿੰਦੇ ਨੇ ਵੀ ਜੇ ਘਰ ਜਾਣਾ ਤਾਂ ਹੁਣ ਆਪਣਾ ਪ੍ਰਬੰਧ ਘਰ ਜਾਣ ਦਾ ਆਪ ਕਰੋ ਅਤੇ ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਹੋਣਗੀਆਂ ਉਸ ਤੋਂ ਬਾਅਦ ਹੁੰਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਸਖਤੀਆਂ ਸ਼ੁਰੂ ਜੱਜਾਂ ਦੀਆਂ ਵੀ ਹਾਂਜੀ ਪੁਲਿਸ ਦੀਆਂ ਵੀ ਅਤੇ ਵਕੀਲਾਂ ਨੂੰ ਚੈੱਕ ਕੱਟ ਕੇ ਤਾਂ ਫਿਰ ਦੇਣੇ ਹੀ ਪੈਂਦੇ ਆ ਤੁਹਾਨੂੰ ਪਤਾ ਹੈ ਨਾ ਅਤੇ ਇੰਸ਼ੋਰੈਂਸ ਕੰਪਨੀ ਦੀਆਂ ਸਖਤੀਆਂ ਵੱਖਰੀਆਂ ਜਿਹੜੀਆਂ ਕਿ ਕਈ ਵਾਰੀ ਸਾਰੀ ਉਮਰ ਨਾਲ ਚੱਲਦੀਆਂ ਨੇ ਹੈ ਨਾ ਕਿਉਂਕਿ ਲਾਇਸੈਂਸ ਲੈਣ ਦਾ ਵਕਤ ਵੀ ਪੈ ਜਾਂਦਾ ਨਾ ਉਹ ਤੇਜ਼ ਜਿਹੜੀ ਚਲਾਉਣ ਵਾਲੀ ਸਪੋਰਟਸ ਗੱਡੀ ਤੋਂ ਜਦੋਂ ਬੰਦਾ ਪੈਦਲ ਆ ਜਾਂਦਾ ਜਾਂ ਸਾਈਕਲ 'ਤੇ ਆ ਜਾਂਦਾ ਤਾਂ ਫਿਰ ਜੀਵਨ ਬੜਾ ਔਖਾ ਲੱਗਣ ਲੱਗਦਾ ਇਸ ਕਰਕੇ ਥੋੜ੍ਹਾ ਜਿਹਾ ਕਈ ਵਾਰੀ ਪਹਿਲਾਂ ਨਹੀਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਬਾਅਦ ਦੇ ਵਿੱਚ ਆਮ ਤੌਰ 'ਤੇ ਲੋਕ ਬੜਾ ਪਛਤਾਉਂਦੇ ਨੇ ਜਿਸ ਤਰ੍ਹਾਂ ਇਹ ਗੱਲਾਂ ਤੇਰੀਆਂ ਨਾਟਕ ਦੀ ਗੱਲ ਚੱਲ ਰਹੀ ਸੀ ਉਹਦੇ ਵਿੱਚ ਵੀ ਪੇਰੈਂਟਸ ਫਿਰ ਬਾਅਦ ਦੇ ਵਿੱਚ ਬੜੇ ਰੋਂਦੇ ਸੀ ਅੱਖਾਂ 'ਚ ਹੁਣ ਦੇ ਕੇ ਪਰ ਜਦੋਂ ਫਿਰ ਔਲਾਦ ਨੂੰ ਥੋੜ੍ਹਾ ਜਿਹਾ ਸਮਝਾਉਣ ਦੀ ਲੋੜ ਸੀ ਉਦੋਂ ਉਹਨੂੰ ਚਮਲਾਉਂਦੇ ਰਹੇ ਮਹਿੰਗੀਆਂ ਕਾਰਾਂ ਲੈ ਕੇ ਦਿੰਦੇ ਰਹੇ ਮਹਿੰਗੇ ਘਰ ਦੀਆਂ ਹਾਂਜੀ ਪਦਾਰਥਾਂ ਦੇ ਸੁੱਖ ਵਗੈਰਾ ਉਸ ਚਮਲਾਹਟ ਦੇ ਵਿੱਚ ਫਿਰ ਉਹ ਨਸ਼ੇ ਦਾ ਵੈਲੀ ਬਣਿਆ ਅਤੇ ਕਈ ਤਰ੍ਹਾਂ ਦੇ ਉਹਨੇ ਚੰਦ ਚਾੜੇ ਸੋ ਇਸ ਕਰਕੇ ਨਾਟਕ ਦੇ ਵਿੱਚ ਫਿਰ ਇਹ ਦੱਸਿਆ ਗਿਆ ਵੀ ਬੱਚਿਆਂ ਨੂੰ ਜੇ ਦੇ ਸਕਦੇ ਹੋ ਤਾਂ ਅਕਲ ਦਿਓ ਵਿਜ਼ਡਮ ਦਿਓ ਮਨੀ ਨਹੀਂ ਮਨੀ ਨਹੀਂ ਜੇ ਉਹਨਾਂ ਨੂੰ ਵਿਜ਼ਡਮ ਦੇ ਦਿਓਗੇ ਤਾਂ ਮਨੀ ਆਪ ਕਮਾ ਲੈਣਗੇ ਮਨੀ ਦੇ ਦਿਓਗੇ ਤਾਂ ਮਨੀ ਖਤਮ ਹੋ ਜਾਏਗੀ ਕਿਉਂਕਿ ਬੇਅਕਲੇ ਰਹਿਣਗੇ ਨਾ ਅਕਲ ਤੋਂ ਬਿਨਾਂ ਖਾਲੀ ਖਾਨਾ ਹਾਂਜੀ ਬਾਕੀ ਜੋ ਮਰਜ਼ੀ ਦੇ ਦਿਓ ਸਭ ਕੁਝ ਉਜਾੜੇਗਾ ਸੋ ਇਸ ਕਰਕੇ ਉਜਾੜਨਗੀਆਂ ਵੀ ਅੱਜ ਬਥੇਰੀਆਂ ਨੇ ਤੁਹਾਨੂੰ ਪਤਾ ਹੀ ਹੈ ਇੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੀਆਂ ਵੀ ਬਥੇਰੀਆਂ ਨੇ ਪਹਿਲਾਂ ਵਾਲਿਆਂ ਦੀ ਗੱਲ ਹੁੰਦੀ ਸੀ ਸੋ ਲੇਕਿਨ ਕਿ ਥੋੜ੍ਹਾ ਜਿਹਾ ਇਹ ਹੈ ਜੀ ਵੀ ਕਹਿੰਦੇ ਨੇ ਜੇ ਬੱਚਿਆਂ ਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਵਿਜ਼ਡਮ ਦਿਓ ਅੱਛੀ ਅਕਲ ਦਿਓ ਉਹਨਾਂ ਨੂੰ ਸਕਿੱਲ ਦਿਓ ਸਕਿੱਲ ਜਿਹੜੇ ਬੱਚੇ ਦੇ ਕੋਲ ਹੋਏਗੀ ਉਹ ਜ਼ਿੰਦਗੀ ਦੇ ਵਿੱਚ ਕਦੀ ਬੇਰੁਜ਼ਗਾਰ ਨਹੀਂ ਹੋ ਸਕਦਾ ਆਪਾਂ ਸਦਾ ਗੱਲ ਕਰਦੇ ਹਾਂ ਕਿ ਬੇਰੁਜ਼ਗਾਰੀ ਦਾ ਰੋਣਾ ਇਹ ਹਾਰੇ ਹੋਏ ਵਿਅਕਤੀ ਦੇ ਪੱਲੇ ਪੈਂਦਾ ਜਿਹੜਾ ਅਸਲ ਦੇ ਵਿੱਚ ਕੁਝ ਕਰਨ ਯੋਗਾ ਨਹੀਂ ਹੁੰਦਾ ਜਿਹੜੇ ਵਿਅਕਤੀ ਦੇ ਕੋਲ ਕੁਝ ਕਰਨ ਦੀ ਸਕਿੱਲ ਹੈ ਕੰਪੀਟੈਂਸੀ ਹੈ ਐਜੂਕੇਸ਼ਨ ਹੈ ਉਹ ਕਦੀ ਬੇਰੁਜ਼ਗਾਰ ਹੋ ਹੀ ਨਹੀਂ ਸਕਦਾ ਹੁਣ ਐਜੂਕੇਸ਼ਨ ਦੇ ਵਿੱਚ ਮਤਲਬ ਇਹ ਹੈ ਵੀ ਐਜੂਕੇਸ਼ਨ ਕੋਈ ਐਸੀ ਹੈ ਜਿਹਦੇ ਵਿੱਚ ਉਹਨੇ ਕੋਈ ਸਕਿੱਲ ਸਿੱਖੀ ਆ ਐਜੂਕੇਸ਼ਨ ਇਹ ਨਹੀਂ ਕਿ ਵੀ ਐੱਮ ਏ ਤੱਕ ਕਿਤਾਬਾਂ ਪੜ੍ਹ ਲਈਆਂ 5 ਸਵਾਲਾਂ ਦੇ ਜਵਾਬ ਦੇ ਦਿੱਤੇ ਡਿਗਰੀ ਜੇਬ 'ਚ ਪੈ ਗਈ ਐਜੂਕੇਸ਼ਨ ਆ ਗਈ ਨਹੀਂ ਉਸ ਐਜੂਕੇਸ਼ਨ ਦੇ ਨਾਲ ਤੁਹਾਨੂੰ ਕੱਖ ਨਹੀਂ ਕਰਨਾ ਆਇਆ ਕੱਖ ਵੀ ਨਹੀਂ ਕਰਨਾ ਆਇਆ ਹੁਣ ਕਈ ਲੋਕ ਐੱਮ ਏ ਪਾਸ ਹਾਂ ਜੀ ਐੱਮ ਐੱਡ ਪਾਸ ਹਾਂ ਜੀ ਪਤਾ ਨਹੀਂ ਹੋਰ ਕੀ ਕੁਝ ਪਾਸ ਆ ਕਰ ਕੀ ਸਕਦੇ ਹੋ ਇਸ ਸਵਾਲ ਦਾ ਜਵਾਬ ਉਹਨਾਂ ਕੋਲ ਹੁੰਦਾ ਹੀ ਨਹੀਂ ਵੀ ਕਰ ਕੀ ਸਕਦੇ ਹਾਂ ਅਸੀਂ ਜੇ ਹੁਣ ਕਹਿੰਦੇ ਵੀ ਵੱਡਾ ਸਾਰਾ ਡਿਪਲੋਮਾ ਲੈ ਕੇ ਅਸੀਂ ਕੁਰਸੀ 'ਤੇ ਬਹਿਣ ਜੋਗੇ ਹੀ ਹਾਂ ਅਤੇ ਫਿਰ ਜੋ ਸਿੱਟੇ ਉੱਥੇ ਨਿਕਲ ਰਹੇ ਨੇ ਆਪਣੇ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਜਾ ਕੇ ਉੱਥੇ ਕੱਢ ਰਹੇ ਨੇ ਉਹ ਤੁਹਾਡੇ ਸਾਹਮਣੇ ਹੀ ਹੈ ਸੋ ਇਸ ਕਰਕੇ ਜੀ ਵੀ ਥੋੜ੍ਹਾ ਜਿਹਾ ਸਾਵਧਾਨ ਰਹਿਣ ਦੀ ਲੋੜ ਹੈ ਜੇ ਤੁਹਾਡੇ ਘਰ ਦੇ ਵਿੱਚ ਅਗਲੇ ਦਿਨ ਹੀ ਆ ਕੇ ਕੋਈ ਬੈੱਲ ਕਰੇ ਅਤੇ ਉਹ ਕਹੇ ਜੀ ਮੈਂ ਸਿਟੀ ਤੋਂ ਸਟਾਫ ਮੈਂਬਰ ਹੈ ਅਤੇ ਤੁਹਾਡੇ ਘਰ ਜਿਹੜਾ ਟੂਟੀ ਦੇ ਵਿੱਚ ਪਾਣੀ ਆ ਰਿਹਾ ਉਹ ਪਾਣੀ ਮੈਂ ਟੈਸਟ ਕਰਨਾ ਅਤੇ ਪਾਣੀ ਤੁਸੀਂ ਕਹੋ ਵੀ ਅੱਛਾ ਠੀਕ ਹੈ ਕਰੋ ਪਾਣੀ ਟੈਸਟ ਕਿਤੇ ਖਰਾਬ ਹੀ ਨਾ ਹੋਵੇ ਪਾਣੀ ਅਸੀਂ ਬਿਮਾਰੀ ਨਾ ਹੋ ਜਾਈਏ ਉਹ ਆ ਕੇ ਟੈਸਟ ਕਰਕੇ ਵਾਕਿਆ ਤੁਹਾਨੂੰ ਕੋਈ ਵੀ ਪਾਣੀ ਤਾਂ ਬਹੁਤ ਖਰਾਬ ਆ ਇਹ ਤਾਂ ਨਹੀਂ ਪੀਣ ਵਾਲਾ ਪਾਣੀ ਅਤੇ ਜੇ ਤੁਸੀਂ ਸਾਫ਼ ਪਾਣੀ ਪੀਣਾ ਚਾਹੁੰਦੇ ਹਾਂ ਤਾਂ ਸਾਡੇ ਕੋਲ ਮਸ਼ੀਨ ਹੈਗੀ ਹੈ ਇੱਥੇ ਲਾ ਦਿੰਦੇ ਹਾਂ ਉਹ ਪਾਣੀ ਤੁਹਾਡਾ ਪਿਊਰੀਫਾਈ ਹੋ ਜੂਗਾ ਜੀ ਉਹ ਪੀਣ ਯੋਗ ਹੋਵੇਗਾ ਜੀ ਉਹਦੇ ਮਹੀਨੇ ਦੀਆਂ ਇੰਨੀਆਂ ਕਿਸ਼ਤਾਂ ਹੋਣਗੀਆਂ ਜਾਂ ਇੰਨੀ ਕੀਮਤ ਹੋਏਗੀ ਵਗੈਰਾ ਵਗੈਰਾ ਸਾਨੂੰ ਪਤਾ ਲੱਗ ਰਿਹਾ ਵੀ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਕੈਲਗਰੀ ਸਮੇਤ ਇਸ ਤਰ੍ਹਾਂ ਕੁਝ ਠੱਗ ਟੋਲੇ ਚੱਲੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਪਾਣੀ ਟੈਸਟ ਕਰਨ ਦੇ ਬਹਾਨੇ ਮਹਿੰਗੀਆਂ ਆਪਣੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਇੰਸਟਾਲ ਕਰਨ ਲਈ ਲੋਕਾਂ ਨੂੰ ਪ੍ਰੇਰ ਰਹੇ ਨੇ ਅਤੇ ਸਿਟੀਜ਼ ਦੇ ਵੱਲੋਂ ਲੇਕਿਨ ਕਿ ਗਵਰਨਮੈਂਟ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਈ ਕੋਈ ਵੀ ਸਿਟੀ ਸਟਾਫ ਹੈ ਜਿਹੜਾ ਇਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਨਹੀਂ ਭੇਜਿਆ ਜਾਂਦਾ ਬਿਨਾਂ ਨੋਟਿਸ ਤੋਂ ਪਾਣੀ ਚੈੱਕ ਕਰਨ ਦੇ ਵਾਸਤੇ ਹੈ ਨਾ ਨਹੀਂ ਭੇਜਿਆ ਜਾਂਦਾ ਔਰ ਉਹਨਾਂ ਦਾ ਇਹੀ ਕਹਿਣਾ ਵੀ ਘਰਾਂ ਦੇ ਵਿੱਚ ਜਿਹੜਾ ਪਾਣੀ ਸਪਲਾਈ ਹੁੰਦਾ ਇਹ ਵਰਤੋਂ ਯੋਗ ਹੁੰਦਾ ਪੀਣ ਯੋਗ ਹੁੰਦਾ ਇਸ 'ਤੇ ਕੋਈ ਉਜਰ ਨਹੀਂ ਕੀਤਾ ਜਾ ਸਕਦਾ ਹੈ ਨਾ ਅਤੇ ਜੇ ਕਿਤੇ ਕੋਈ ਸ਼ੰਕਾ ਹੋਵੇਗੀ ਤਾਂ ਉਹ ਆਪ ਇਸ ਦਾ ਖਿਆਲ ਕਰਨਗੇ ਤੁਹਾਨੂੰ ਪਹਿਲਾਂ ਦੱਸ ਕੇ ਜੇ ਆਉਣ ਦੀ ਲੋੜ ਹੋਵੇ ਸੋ ਸਾਵਧਾਨ ਰਹੋ ਜਦੋਂ ਹੀ ਉਹ ਤੁਹਾਨੂੰ ਪਾਣੀ ਟੈਸਟ ਕਰਕੇ ਕਹਿਣਗੇ ਵੀ ਪਾਣੀ ਬਹੁਤ ਖਰਾਬ ਹੈ ਸਾਡੇ ਕੋਲ ਮਸ਼ੀਨ ਹੈ ਸਮਝੋ ਵੀ ਮਾਮਲਾ ਗੜਬੜ ਹੈ ਅਤੇ ਵੈਸੇ ਤੁਹਾਨੂੰ ਕਿਸੇ ਨੂੰ ਤੁਸੀਂ ਕਈ ਵਾਰੀ ਵੱਡੇ ਸਟੋਰਾਂ ਦੇ ਵਿੱਚ ਜਾਂਦੇ ਹੋ ਨਾ ਉੱਥੇ ਉਹ ਤੁਹਾਡੇ ਲਈ ਕੰਟਰੈਕਟ ਵਗੈਰਾ ਲੈ ਕੇ ਖੜ੍ਹੇ ਹੁੰਦੇ ਨੇ ਅਸੀਂ ਤੁਹਾਡਾ ਆ ਕੇ ਪਾਣੀ ਚੈੱਕ ਕਰਾਂਗੇ ਜੀ ਤੁਹਾਡੀ ਮਸ਼ੀਨ ਆ ਜਿਹੜੀ ਇੱਥੇ ਲਾ ਦੇਵਾਂਗੇ ਜੀ ਉਹ ਕਈ ਵਾਰੀ ਤੁਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹੋ ਅਤੇ ਫਿਰ ਉਹ ਕਾਫੀ ਜਿਹੜਾ ਠੱਗੀ ਦਾ ਕੰਮ ਹੈ ਉਹਨਾਂ ਦਾ ਸ਼ੁਰੂ ਹੋ ਜਾਂਦਾ ਇਸ ਤੋਂ ਤੁਹਾਨੂੰ ਥੋੜ੍ਹਾ ਜਿਹਾ ਸਾਵਧਾਨ ਹੋਣ ਦੀ ਲੋੜ ਹੈ
ਸਾਡੀ ਤੁਹਾਡੀ ਕੱਲ੍ਹ ਨੂੰ 8 ਵਜੇ ਹੋਏਗੀ ਮੁਲਾਕਾਤ, 8 ਵਜੇ ਕੱਲ੍ਹ ਨੂੰ ਮੁਲਾਕਾਤ ਹੋਏਗੀ। 8 ਤੋਂ 9 ਵਜੇ ਤੱਕ ਜਿਹੜੇ ਮੰਗਲਵਾਰ ਦੇ ਸਿਲਸਿਲੇ ਸਾਨੂੰ ਪੇਸ਼ ਕੀਤੇ ਜਾਣਗੇ। ਅਤੇ ਅੱਜ ਹੁਣ ਮੈਨੂੰ ਸਤਪਾਲ ਸਿੰਘ ਜੋਹਲ ਨੂੰ ਇੱਥੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।